ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਰਸ਼ ਲੁਬਾਣਾ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਆਪਾਂ ਆਏ ਹੋਏ ਹਾਂ ਅੰਮ੍ਰਿਤਸਰ। ਐਕਚੁਲੀ ਅੱਜ ਨਹੀਂ, ਆਪਾਂ ਕੱਲ੍ਹ ਹੀ ਆਏ ਸੀਗੇ। ਕੱਲ੍ਹ ਹੀ ਆਏ ਸੀ ਨਾ, ਇਹਦੇ ਆਪਣਾ ਹੀਰਾ ਜਗਰਾਉਣ ਵਾਲਾ ਹੀਰਾ। ਇੰਨਾ ਬਾਅਦ ਜੇ ਇੰਟਰੋਡਿਊਸ ਕਰਾਉਂਦੇ ਹਾਂ ਤੁਹਾਨੂੰ। ਅਤੇ ਜਿਨ੍ਹਾਂ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਓ। ਆਪਣੇ ਵਲੋਗ ਬਹੁਤ ਘੈਂਟ ਆਉਣ ਵਾਲੇ ਆ, ਇਨ ਫਿਊਚਰ 'ਚ ਜਲਦੀ ਆਉਣਗੇ, ਮਿੰਟ ਹੀ ਆਉਣਗੇ। ਬਸ ਬਣਾ ਕੇ ਰੱਖੇ ਹੋਏ, ਐਡਿਟ ਕਰਕੇ ਰੱਖੇ ਆ, ਬਸ ਪਾਉਣ ਦੀ ਦੇਰ ਹੈ। ਅਤੇ ਹੁਣ ਆਪਾਂ ਅੱਜ ਜਾਂਦੇ ਹਾਂ, ਦੇਖਦੇ ਹਾਂ ਆਪਣਾ ਅੱਜ ਦੇ ਦਿਨ ਦਾ ਕੀ ਸ਼ਡਿਊਲ ਹੈ। ਜੋ ਜੋ ਹੋਏਗਾ ਤੁਹਾਨੂੰ ਸਾਰੇ ਵਲੋਗ 'ਚ ਦੇਖਣ ਨੂੰ ਮਿਲੇਗਾ। ਵਲੋਗ ਬਹੁਤ ਇੰਟਰਸਟਿੰਗ ਹੋਏਗਾ, ਸਕਿਪ ਨਾ ਕਰਿਓ, ਐਂਡ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਇੱਕ ਗੱਲ ਹੋਰ, ਮੈਂ ਤੁਹਾਨੂੰ ਹਰ ਵਾਰੀ ਇਹ ਗੱਲ ਕਹਿ ਕੇ ਮੋੜ ਦੇਣਾ ਕਿ ਹਾਂ ਵੀ ਵਲੋਗ ਲਗਾਤਾਰ ਆਉਣਗੇ ਆਉਣਗੇ, ਪਰ ਮੈਂ ਪਾਉਣਾ ਨਹੀਂ ਹੈਗਾ ਡਿਊ ਟੂ ਟਾਈਮ ਸ਼ੋਰਟੇਜ, ਟਾਈਮ ਨਹੀਂ ਹੈਗਾ ਮੇਰੇ ਕੋਲ। ਅਤੇ ਬਟ ਹੁਣ ਮੈਂ ਫ੍ਰੀ ਹਾਂ ਪੂਰਾ, ਅਤੇ ਹੁਣ ਆਪਾਂ ਵਲੋਗ ਹੀ ਬਣਾਵਾਂਗੇ। ਅਤੇ ਮੈਂ ਇੱਕ ਆਪਣਾ ਨਵਾਂ ਅਕਾਊਂਟ ਬਣਾਇਆ ਇੰਸਟਾਗ੍ਰਾਮ 'ਤੇ, ਉਹ ਸਾਹਮਣੇ ਆਈ ਡੀ ਮੈਂਸ਼ਨ ਕਰਦਾ ਪਿਆ, ਅਤੇ ਜਾ ਕੇ ਮੈਨੂੰ ਫੋਲੋ ਕਰ ਲਓ। ਅਤੇ ਚਲੋ ਮਿਲਦੇ ਹਾਂ ਅੱਗੇ ਫਿਰ। ਅਤੇ ਗਾਈਸ, ਹੁਣ ਮੈਂ ਪੱਗ ਨਹੀਂ ਬੰਨਣ ਲੱਗਾ ਕਿਉਂਕਿ ਹੈ ਕੋਈ ਰੀਜ਼ਨ। ਅਤੇ ਆਪਣਾ ਹੀਰੇ ਨਾਲ ਮਿਲਿਓ, ਆਪਣਾ ਹੀਰਾ ਡਾਇਮੰਡ ਸਿੰਘ ਜਗਰਾਉਂ ਵਾਲਾ, ਜਿਹੜਾ ਇੰਦਰ ਦੇ ਨਾਲ ਰਹਿੰਦਾ ਹੈ, ਇੰਦਰ ਦਾ ਭਰਾ ਵੱਡਾ। ਚੱਲਦੇ ਆਗੋ, ਅਤੇ ਬਾਕੀ ਇਹ ਇੰਦਰ ਨਾਲ ਵੀ ਮਿਲਾਏਗਾ ਤੁਹਾਨੂੰ। ਜਿੰਨੇ ਵੀ ਇੰਦਰ ਨਾਲ ਮਿਲਣਾ ਆਇਆ, ਗੱਲ ਕਰਨੀ ਹੋਈ, ਫੋਨ ਤੇ ਵੀਡੀਓ ਗੱਲ ਕਰਨੀ ਹੋਈ, ਜਗਰਾਉਂ ਆਇਓ, ਮੈਂ ਇਹਦਾ ਨੰਬਰ ਪਾ ਰਿਹਾ, ਇਹਨੂੰ ਫੋਨ ਕਰ ਸਕਦੇ ਹੋ। ਨਾ ਨਾ ਕੋਈ ਨਾ ਹੋਰ ਕਰੇ, ਸੱਦ ਕੇ ਫੋਨ ਕਰ ਸਕਦੇ ਹੋ ਤੁਸੀਂ। ਮੈਸੇਜ ਕਰੀ ਜਾਂਦੇ ਬਈ, ਜਿਹੜੇ ਕਰਨਾ ਜੈਕਟ ਪਾਉਣਾ ਵਾ ਫਿਰ ਯਾਰ। ਮੈਂ ਸਿੱਧੀ ਕਰਕੇ ਦੇ ਮੈਨੂੰ। ਅਤੇ ਗਾਈਸ, ਮੈਂ ਜੈਕਟ ਪਾਲੀ ਅਤੇ ਆਪਾਂ ਹੋ ਗਏ ਤਿਆਰ। ਆਪਾਂ ਹੁਣ ਚਲੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ। ਇਹ ਬੰਦਾ ਕੱਲ੍ਹ ਦਾ ਆਇਆ, ਕੱਲ੍ਹ ਦਾ ਨਾ ਇਹਨੇ ਘੁਮਾਇਆ ਨਾ ਕੁਛ ਕੀਤਾ, ਮੇਰੇ ਅਕੋਰਡਿੰਗ ਨਹੀਂ ਚੱਲਿਆ ਇਹ, ਬਹੁਤ ਵੱਡਾ ਘਾਟਾ ਪਾਇਆ ਇਹਨੇ ਮੈਨੂੰ। ਬਿਲਕੁਲ ਮਜ਼ਾ ਨਹੀਂ ਆਇਆ ਕੱਲ੍ਹ ਦਾ। ਪਹਿਲਾਂ ਤਾਂ ਆਪਾਂ ਰਾਤੀ ਉੱਥੇ ਗਏ ਸੀਗੇ, ਆਪਣਾ ਉਹ 13 ਸਾਲ ਵਾਲਾ ਮੁੰਡਾ ਨਹੀਂ ਹੈਗਾ, ਕੀ ਨਾਮ ਸੀ ਉਹਦਾ, ਗੋਪੀ ਹਾਂ, ਗੋਪੀ ਦੇ ਨੰਗਰ ਚੱਟ ਰਿਹਾ ਸੀਗਾ। ਉਹ ਲੱਭਦੇ ਲੱਭਦੇ ਘੰਟਾ ਇੱਕ ਲੱਗ ਗਿਆ, ਵਾਲੇ ਨੂੰ ਵੀ ਨਹੀਂ ਪਤਾ ਲੱਗਾ ਕਿੱਥੇ ਦਾ ਐਡਰੈਸ ਹੈ ਕਿੱਥੇ ਨਹੀਂ। ਉਹ ਜਾਣਾ ਗੋਬਿੰਦ ਨਗਰ ਹੀ, ਅਜੀਤ ਨਗਰ ਘੁਮਾਈ ਜਾਂਦਾ, ਵੀ ਨਹੀਂ ਕਿਤੇ ਕਿਤੇ ਘੁਮਾਈ ਜਾਂਦਾ ਸੀ। ਫਿਰ ਫਾਈਨਲੀ ਆਪਾਂ ਪਹੁੰਚ ਗਏ ਸੀ, ਅਤੇ ਫਿਰ ਆਪਾਂ ਆਉਂਦੀ ਵਾਰੀ ਆ ਗਏ, ਅਤੇ ਰਾਤੀ 12-1 ਵਜ ਗਏ ਸਾਨੂੰ ਆਪਾਂ ਰੂਮ 'ਚ ਆਉਂਦੇ ਆਉਂਦੇ। ਅਤੇ ਹੁਣ ਆਪਾਂ ਤਿਆਰ ਹਾਂ, ਅਤੇ ਹੁਣ ਆਪਾਂ ਚੱਲੀਏ ਫਿਰ, ਚਲੋ ਚੱਲੀਏ। ਆ ਰੂਮ ਦੀ ਹਾਲਤ ਕਿੰਨੀ ਬੇਕਾਰ ਕੀਤੀ ਹੈ, ਇੱਦਾਂ ਹੁਣ ਟੁੱਟ ਛੱਡ ਜਾਣੀ ਆ ਆਪਾਂ। ਜਿੱਥੇ ਹੁਣ ਆਪਾਂ ਰੂਮ ਲਿੱਤਾ ਸੀ, ਇਹ 3 ਬਿਲਡਿੰਗ ਹੈ, 3-4 ਵਾਰੀ ਪੌੜੀਆਂ ਥੱਲੇ ਉਤਰਨੀਆਂ ਆਪਾਂ, 10-10, 12-12 ਪੌੜੀਆਂ ਹੈਗੀਆਂ। ਆ ਜਾ ਰਿਹਾ, ਇੱਕ ਹੋਰ ਪੌੜੀ, ਮੌਸਮ ਬੜਾ ਵਧੀਆ ਹੋਇਆ ਯਾਰ, ਠੰਡ ਠੰਡ ਵਾਲਾ, ਮੱਠਾ ਮੱਠਾ ਹੈ ਹੀਰੇ, ਉਹ ਉੱਥੇ ਟੋਪ ਤੋਂ ਉੱਪਰ, ਉਹ ਸਭ ਤੋਂ ਉੱਪਰ ਰਹਿੰਦੇ ਪਏ ਆਪਾਂ ਨਾ। ਗਾਈਸ, ਅੰਮ੍ਰਿਤਸਰ ਤੇ ਆਪਾਂ ਕੱਲ੍ਹ ਦੇ ਆਏ ਹਾਂ, ਔਰ ਦਰਬਾਰ ਸਾਹਿਬ ਆਪਾਂ ਅੱਜ ਆਏ ਹਾਂ, ਹੁਣ ਆਏ ਵੀ ਹੁਣ ਚੱਲੇ ਹਾਂ। ਬਸ ਮੇਰੇ ਕਹਿਣ 'ਤੇ ਹਜੇ ਮੰਨਦਾ ਨਹੀਂ ਇਹ, ਸਫਾਈਆਂ ਹੁੰਦੀਆਂ ਆਪਣਾ। ਲਓ ਜੀ, ਟੋਕਨ ਦੀ ਵੀਡੀਓ ਬਣਾ ਲਈ, ਕਿਤੇ ਗੁੰਮ ਗੁੰਮ ਨਾ ਜੇ, ਠੰਡ ਬੜੀ ਆ ਰੇ ਹੈ ਹੀਰ, ਬੋਲਦਾ ਨਹੀਂ, ਠੰਡ ਠੰਡ ਤਾਂ ਬਾਈ ਬਾਹਲੀ ਹੈ, ਮੇਰੇ ਪੈਰ ਠਰ ਗਏ ਯਾਰ ਥੱਲੋਂ, ਮੈਟ ਤਾਂ ਹੋ ਜਾ, ਮੈਟ ਕਿਹੜਾ ਸੁੱਕਾ। ਬਾਬੇ ਉਹ ਆਪਾਂ ਆ ਗਏ ਹਾਂ ਰੂਮ 'ਚ, ਦਰਸ਼ਨ ਕਰਕੇ, ਲੰਗਰ ਪਾਣੀ ਛੱਕ ਕੇ, ਅਤੇ ਹੁਣ ਕੀ ਪ੍ਰੋਗਰਾਮ ਆ ਮੇਰੇ ਭਰਾ ਦਾ, ਕਹਿੰਦਾ ਰਣਜੀਤ ਸਿੰਘ ਦਾ ਮਹਿਲ ਦੇਖ ਕੇ ਆਉਣਾ, ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਦੇਖ ਕੇ ਆਉਣਾ, ਪਰ ਮੈਂ ਨਹੀਂ ਵੇਖਣਾ ਹੈਗਾ ਯਾਰ। ਅਤੇ ਹੁਣ ਕਹਿੰਦਾ ਮੋਲ ਚਲੀਏ ਫਿਲਮ ਵੇਖ ਕੇ ਆਉਂਦੇ ਹਾਂ, ਅਤੇ ਜਾਂ ਇਹਨੂੰ ਜਾਣ ਦਾ 0° ਸ਼ੌਂਕ ਪਿਆ, ਉੱਥੇ ਦਾ ਖਾਣਾ ਪੀਜ਼ਾ, ਪੀਜ਼ਾ ਖਾਣਾ, ਪੀਜ਼ਾ ਪੀਜ਼ਾ ਖਾਣਾ ਕਿ ਪੀਣਾ, ਪੱਗ ਬਣੀ ਹੈ ਯਾਰ, ਹੀਰੇ ਏਦਾਂ ਨਾ ਕਰ ਯਾਰ, ਏਦਾਂ ਨੀ ਤੈਨੂੰ ਫੜਨੀ ਪਾਣੀ ਪੱਗ,
ਫਿਰ ਆਪਣਾ ਪਲਾਨ ਸੀਗਾ ਉਧਰ ਜਾਣ ਦਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਅੱਜ ਉਹਨਾਂ ਦਾ ਜਨਮ ਦਿਹਾੜਾ ਨਾ ਤੇ ਉਧਰ ਰਸ਼ ਬੜਾ ਹੋਣਾ ਇਸ ਕਰਕੇ ਆਪਾਂ ਅੱਜ ਜਾਣਾ ਨੀ ਹੈਗਾ ਸ਼ਾਮੀ ਸ਼ਾਮੀ ਪੇ ਜਾਵਾਂਗੇ ਐਂ ਵੇਖ ਕੇ ਆਵਾਂ ਕਿ ਮੋਹਲ ਚੜ ਨਗਰ ਕੀਰਤਨ ਨਿਕਲਣਾ ਤੇ ਨਿਕਲਦਾ ਪਿਆ ਹੁਣ ਨਿਕਲਦਾ ਪਿਆ ਇਸ ਟਾਈਮ ਤੇ ਬਾਹਰ ਨਿਕਲਦਾ ਪਿਆ ਆਪਾਂ ਕਮਰੇ ਚ ਤੇ ਮੈਂ ਪੱਗ ਬੰਨਦਾ ਤੇ ਬਾਹਰ ਨਿਕਲੀ ਫਿਰ ਆਪਾਂ ਤੇ ਫਿਰ ਕਿਸੇ ਪਾਸੇ ਜਾਂਦੇ ਆਪਾਂ ਹਨਾ ਵੀ ਕਿਤੇ ਜਾਂਦੇ ਹਾਂ ਵੀ ਭਰਾ ਆਪਾਂ ਹੋ ਗਏ ਤਿਆਰ ਮੈਂ ਪੱਗ ਸਜਾਲੀ ਆ ਆਪਣੀ ਤੇ ਇਹ ਵੀਰ ਆਪਣਾ ਦਮਾਲਾ ਸੈੱਟ ਕਰਦਾ ਪਿਆ ਤੇ ਟੋਰ ਟੂਰ ਪੂਰੀ ਕੱਢ ਲਈ ਐਨ ਕੁੜੀਆਂ ਡੁੱਲਣ ਗਈਆਂ ਟੋਰ ਤੇ ਹੀਰੇ ਦੇ ਡਾਇਮੰਡ ਤੇ ਚਲੀਏ ਫਿਰ ਘੁੰਮਣ ਹੀਰਾ ਨਾਰਾਜ਼ ਨਹੀਂ ਕਰਨਾ ਜਿੱਦਾਂ ਹੀਰਾ ਗਏ ਉੱਥੇ ਆਪਾਂ ਘੁੰਮਣ ਜਾਵਾਂਗੇ ਜੈਕਟ ਪਾਵਾਂਗੇ ਰਹਿਣ ਦੇ ਯਾਰ ਜੈਕਟ ਠੰਡ ਆ ਬਾਲ ਠੰਡ ਆ ਬਾਲ ਚਲੋ ਫਿਰ ਗਾਇਸ ਬਾਹਰ ਜਾ ਕੇ ਮਿਲਦੇ ਤੁਹਾਨੂੰ ਬਾਹਰ ਆ ਜਾਓ ਅੰਮ੍ਰਿਤਸਰ 0 degree ਚ ਤੁਹਾਨੂੰ ਖਵਾਈਏ ਪਿਆਈਏ ਮੈਸ਼ਨ ਹੋਇਆ ਸੀ ਮੁੰਡਾ ਹੁਣੀ ਕਹਿੰਦਾ 0 degree ਚ ਨਾਲ ਹੀ ਬੈਠਿਆ ਮੇਰੇ ਕੋਲ ਹੀ ਆ ਆੜੀ ਜੀ ਬੈਠ ਆੜੀ ਸੀਗੇ ਸਹਿ ਸੀਗੇ ਯਾਰ ਦੇਖੋ 0 degree ਚ ਬੈਠੇ ਹਾਂ ਅਤੇ ਆਹ ਤੁਹਾਡਾ ਹਰਸ ਲੱਗਿਆ ਖਾਣ ਬਿੱਲ ਦੀ ਵਾਰੀ ਇਹ ਕਹਿੰਦਾ ਬਿੱਲ ਤੂੰ ਦੇ ਦੇ ਹੁਣ ਆਹ ਕੰਮ ਇਹਦੇ ਆ ਦੇਖ ਲਓ ਬਾਈ ਆਹ ਬੰਦੇ ਦੇ ਆਹ ਖਾਈਦਾ ਜਾਂਦਾ ਬਹਿ ਕੇ ਬਿੱਲ ਕਹਿੰਦਾ ਤੂੰ ਦੇ ਦੇ ਹੁਣ ਬਲੋਗ ਤਾਂ ਨੀ ਚੰਗੀ ਤਰ੍ਹਾਂ ਬਣਾ ਰਿਹਾ ਕਿਉਂਕਿ ਮੇਰਾ ਅੱਜ ਮਨ ਹੀ ਨੀ ਕਰਦਾ ਬਲੋਗ ਬਣਾਉਣ ਦਾ ਤਾਂ ਵੀ ਇੰਜੋਇਮੈਂਟ ਬਣਾਈ ਫਿਰ ਇੰਜੋਇਮੈਂਟ ਨੀ ਹੁੰਦੀ ਆਪਣੀ ਤੇ ਤਾਂ ਵੀ ਫਿਰ ਮੈਂ ਕਿਹਾ ਕੋਈ ਗੱਲ ਨੀ ਉਹ ਧਿਆਨ ਨਾ ਖਾਲਸਾ ਕੋਲੇ ਪਰ ਐਂਟਰੀ ਨੀ ਮਿਲੀ ਸਾਨੂੰ ਕਹਿੰਦੇ ਬਾਹਰ ਘੁੰਮੋ ਤੁਸੀਂ ਦੇਖ ਸਕਦੇ ਹੋ ਖਾਲਸਾ ਕਾਲਜ ਇਹ ਆਪਣਾ ਹੀਰਾ ਡਾਇਮੰਡ ਐਂਟਰੀ ਕਿੱਥੇ ਦੇਣੀ ਹੈ ਕਾਲਜ ਵੀ ਅੱਜ ਬੰਦ ਸੀਗਾ ਪੰਨੂ ਬਲਜਿੰਦਰ ਨੂੰ ਮਿਲਣ ਚੱਲੇ ਹਾਂ ਆਪਾਂ ਗਾਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਅਦ 'ਚ ਅਲੱਗ ਵਲੋਗ ਆਏਗਾ ਪੰਨੂ ਬਲਜਿੰਦਰ ਵਾਲਾ ਸਬਸਕ੍ਰਾਈਬ ਕਰ ਲਓ ਉਹ ਜੀ ਹੁਣ ਖਾਲਸਾ ਯੂਨੀਵਰਸਿਟੀ ਨੂੰ ਕਰਦੇ ਹਾਂ ਬਾਏ ਬਾਏ ਅਤੇ ਆਪਣਾ ਹੀਰਾ ਡਾਇਮੰਡ ਚੱਲੀਏ ਆਪਾਂ ਲਓ ਜੀ ਚੇਂਜਿਸ ਕਰਤੇ ਆ ਤੁਹਾਨੂੰ ਦਿਖਾਉਂਦੇ ਜੀ ਦਿੱਲੀ ਵਾਲੇ ਮਾਕ ਚ ਕੀ ਚੇਂਜਿਸ ਕੀਤੇ ਆ ਕਿਉਂ ਵਿਹਾੜੀ ਬੰਦ ਹੀ ਕੀਤਾ ਪਿਆ ਸਾਰਾ ਕੁਛ ਨਾਲੇ ਤੂੰ ਕਹਿੰਦਾ ਬਹੁਤ ਕੁਛ ਚੇਂਜ ਕੀਤਾ ਉਹ ਬੰਦ ਕਰਤਾ ਇਹ ਤਾਂ ਜਾਣ ਇੱਥੇ ਤੇ ਵੇਖਦੇ ਹਾਂ ਆਪਾਂ ਸਾਰੇ ਕੁਰਸੀਆਂ 'ਤੇ ਬੈਠੇ ਆ ਆਪਾਂ ਵੀ ਬਹਿ ਜਾਂਦੇ ਅੜੀ ਬਹਿ ਜਾ ਉੱਥੇ ਆਈਏ ਭਾਜੀ ਕੋਈ ਜ਼ੁਰਮ